ਅਤੇ ਮੈਂ ਤਾਂ ਸੁਣ ਕੇ ਹੈਰਾਨ ਹੈ ਕਿ ਅਸੀਂ 16 ਸਾਲ ਦੀ ਉਮਰ ਦੇ ਵਿੱਚ ਅਸੀਂ ਤਾਂ ਚਲੋ ਮਾਡਰਨ ਟਾਈਮ ਦੇ ਵਿੱਚ ਪਲੇਨ ਦੇ ਰਾਹੀਂ ਆਏ ਅਮਰੀਕਾ, ਉਹ ਵੀ ਇੰਗਲੈਂਡ ਤੋਂ, ਅੰਗਰੇਜ਼ੀ ਵੀ ਆਉਂਦੀ ਸੀ, ਸਭ ਕੁਛ ਬੜਾ ਸੌਖਾ ਆਸਾਨ ਸੀ ਸਾਨੂੰ ਅਮਰੀਕਾ ਦੇ ਵਿੱਚ ਅਡੋਪਟ ਕਰਨਾ। ਉਹ 1912 'ਚ ਆਇਆ ਜਹਾਜ਼, ਸਮੁੰਦਰੀ ਜਹਾਜ਼ ਦੇ ਰਾਹੀਂ, ਪਤਾ ਨਹੀਂ ਕਿੰਨੇ ਕੁ ਮਹੀਨੇ ਲੱਗੇ ਹੋਣ, ਅਤੇ ਪੜ੍ਹਨ ਆਇਆ ਅਮਰੀਕਾ ਦੇ ਬਰਕਲੀ ਯੂਨੀਵਰਸਿਟੀ, ਜਿਹੜੀ ਕਿ ਉਸ ਵਕਤ ਦੁਨੀਆ ਦੀ ਟਾਪ ਯੂਨੀਵਰਸਿਟੀ ਅੱਜ ਵੀ ਹੈ। ਅਤੇ ਬੜਾ ਸੁਣ ਕੇ ਬੜਾ ਇੱਕ ਇਸ ਤਰ੍ਹਾਂ ਦਾ ਹੋਇਆ ਕਿ ਇੱਦਾਂ ਦੇ ਵੀ ਲੋਕ ਹੋਏ ਨੇ ਹਿਸਟਰੀ ਦੇ ਵਿੱਚ। ਅਤੇ ਜਦੋਂ ਫਿਰ ਇੰਡਸਟਰੀ 'ਚ ਆਇਆ, ਮੈਂ ਐਜ਼ ਐਨ ਐਕਟਰ ਸ਼ੁਰੂ ਕੀਤਾ ਸੀ ਪਹਿਲਾਂ ਕੰਮ, ਅਤੇ ਮਨ 'ਚ ਸੀ ਅਗਰ ਕਦੀ ਫਿਲਮ ਬਣਾਵਾਂਗਾ ਤਾਂ ਕਰਤਾਰ ਸਿੰਘ ਸਾਹਿਬ ਦਾ ਜ਼ਰੂਰ ਫਿਲਮ ਬਣਾਵਾਂਗਾ। ਦੇਖੋ ਕੀ ਕਹਿੰਦੇ ਨੇ, ਗਦਰ ਲਹਿਰ ਫੇਲ ਹੋ ਗਈ, ਠੀਕ ਹੈ, ਕੁਛ ਹੱਦ ਤੱਕ ਜੋ ਕੁਛ ਉਹ ਚਾਹੁੰਦੇ ਸੀ ਨਹੀਂ ਹੋਇਆ, ਪਰ ਉਹਨਾਂ ਹੀ ਗਦਰੀ ਬਾਬਿਆਂ ਨੇ, ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੇ, ਜਿਹਦੇ ਨਾਲ 6 ਸਾਥੀ ਹੋਰ ਵੀ ਫਾਂਸੀ 'ਤੇ ਚਾੜੇ ਗਏ ਸੀ, ਉਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਇੱਕ ਸਾਡਾ ਮੁਲਕ ਜਾਗ ਗਿਆ, ਸਾਡਾ ਸਪੈਸ਼ਲੀ ਸਾਡੀ ਨੌਰਥ ਬੈਲਟ ਜਿਹਨੂੰ ਕਹਿੰਦੇ, ਪੰਜਾਬ ਜਾਗ ਗਿਆ ਸੀਗਾ ਕਿ ਆਜ਼ਾਦੀ ਵੀ ਕੁਛ ਚੀਜ਼, ਅਸੀਂ ਤਾਂ ਸੁੱਤੇ ਪਏ ਸੀ। ਇੱਕ ਅਸੀਂ ਗੁਲਾਮੀ ਨੂੰ ਸਹਿ ਕੇ ਜੀ ਰਹੇ ਸੀਗੇ, ਗੁਲਾਮੀ ਠੀਕ ਹੈ ਜੀ, ਇਹਨੇ ਜਗਾਤਾ ਸੀ ਸਾਡੇ ਹਿੰਦੁਸਤਾਨ ਨੂੰ ਕਿ ਨਹੀਂ ਗੁਲਾਮੀ ਸਹੀ ਨਹੀਂ, ਆਜ਼ਾਦੀ ਸਹੀ ਹੈ। ਛੋਟੇ ਛੋਟੇ ਲੈਵਲ 'ਤੇ ਵੀ, ਪਰ ਪਿੰਡਾਂ ਦੇ ਵਿੱਚ ਹੀ ਕੋਈ ਇਹਨਾਂ ਦੀ ਰੈਵੋਲਿਊਸ਼ਨ ਈਵੋਲਿਊਸ਼ਨ ਲੈ ਕੇ ਆਈਏ, ਕਿ ਇੰਨਾ ਕਿ ਅਸੀਂ ਆਪਣੇ ਪਿੰਡ ਨੂੰ ਬਦਲਣਾ ਜੀ, ਫਿਰ ਬਾਹਰੋਂ ਪੜ੍ਹ ਕੇ ਆਈਏ, ਕੁਛ ਸਿੱਖੀਏ। ਇਹ ਆਪਾਂ ਕਈ ਵਾਰੀ ਸੋਚਦੇ ਕਿ ਨਹੀਂ ਯਾਰਾ ਕੋਈ ਮੇਰੀ ਤਾਂ ਸੁੱਖ ਕਮੀ ਸੁਣੇਗਾ ਨਹੀਂ ਕੋਈ, ਇਹ ਤਾਂ ਚੱਲੀ ਜਾਂਦਾ ਛੱਡੋ ਪਰਾਂ, ਪਰ ਉਹ ਅਗਰ ਉਹ ਇੰਨਾ ਸੋਚਦੇ ਤਾਂ ਹੋ ਸਕਦਾ ਅੱਜ ਵੀ ਸਾਡੇ 'ਤੇ ਅੰਗਰੇਜ਼ਾਂ ਦਾ ਰਾਜ ਹੁੰਦਾ। ਕਿੱਦਾਂ ਦੇਖ ਰਹੇ ਸਾਰੇ ਦਰਸ਼ਕਾਂ ਦਾ, ਮੈਂ ਅਭਿਸ਼ੇਕ ਸਵਾਗਤ ਕਰਦਾ। 3 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਆ ਰਹੀ ਹੈ, ਕਰਤਾਰ ਸਿੰਘ ਸਰਾਭਾ 'ਤੇ ਬਣੀ ਹੋਈ ਫਿਲਮ ਦਾ ਨਾਮ ਹੈ ਸਰਾਭਾ। ਫਿਲਮ ਨੂੰ ਲਿਖਣ ਵਾਲੇ, ਬਣਾਉਣ ਵਾਲੇ ਸਾਡੇ ਨਾਲ ਬੈਠੇ ਨੇ, ਕਵੀ ਰਾਜ ਜੀ, ਇਹਨਾਂ ਦਾ ਨਾਮ ਹੀ ਬਹੁਤ ਸ਼ਾਇਰਾਨਾ ਹੈ। ਫਿਲਮਸ ਬਾਰੇ ਬਹੁਤ ਹਿਸਟੋਰੀਕਲ ਪੀਰੀਓਡੀਕਲ ਡਰਾਮਾ ਬਣਾਉਂਦੇ ਨੇ, ਗੱਲਬਾਤ ਕਰਾਂਗੇ ਇਹਨਾਂ ਨਾਲ। ਸਰ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਸ ਠੀਕ, ਤੁਸੀਂ ਸੁਣਾਓ ਆਪਣਾ? ਬਹੁਤ ਵਧੀਆ ਜੀ। ਅੱਛਾ, 3 ਨਵੰਬਰ ਨੂੰ ਫਿਲਮ ਆ ਰਹੀ ਹੈ ਤੁਹਾਡੀ, ਔਰ ਉਹਦਾ ਨਾਮ ਸਰਾਭਾ ਰੱਖਿਆ ਗਿਆ। ਲਾਸਟ ਜੋ ਤੁਸੀਂ ਫਿਲਮ ਬਣਾਈ ਸੀ ਦਾ ਬਲੈਕ ਪ੍ਰਿੰਸ, ਉਹ ਵੀ ਇੱਕ ਹਿਸਟਰੀ ਸੀ ਔਰ ਡਰਾਮਾ ਫਿਲਮ ਸੀ ਔਰ ਪੀਰੀਅਡ ਡਰਾਮਾ ਫਿਲਮ ਸੀ, ਇਹ ਵੀ ਕਹਿ ਲਈਏ ਇੱਕ ਬਾਇਓਗ੍ਰਾਫੀ ਹੈ, ਹਿਸਟੋਰੀਕਲ ਫਿਲਮ ਹੈ, ਔਰ ਇਹ ਜੋਨਰਾ 'ਤੇ ਫਿਲਮ ਬਣਾਉਣੀ ਮੈਨੂੰ ਲੱਗਦਾ ਕਿ ਬਹੁਤ ਔਖੀ ਹੁੰਦੀ, ਬਹੁਤ ਰੀਸਰਚ ਚਾਹੀਦੀ ਹੈ, ਰਿਸੋਰਸਿਸ ਹੋਣੇ ਚਾਹੀਦੇ ਨੇ ਔਰ ਐਪਰੋਪ੍ਰੀਏਟ ਰੀਸਰਚ ਹੋਣੀ ਚਾਹੀਦੀ ਹੈ, ਤਾਂ ਐਸੇ ਟੋਪਿਕਸ ਨੂੰ ਹੱਥ ਪਾਉਣਾ ਇਹ ਤੁਹਾਡੀ ਆਪਣੀ ਕਾਲ ਹੁੰਦੀ ਹੈ, ਜਾਂ ਤੁਹਾਨੂੰ ਲੱਗਦਾ ਕਿ ਲੋਕਾਂ ਦੀ ਰਿਕੁਆਇਰਮੈਂਟ ਜ਼ਿਆਦਾ, ਜਾਂ ਤੁਹਾਨੂੰ ਲੱਗਦਾ ਕਿ ਕੁਛ ਅਲੱਗ ਕਰਦੇ ਰਹਾਂਗੇ ਤਾਂ ਜ਼ਿਆਦਾ ਵਿਖਾਂਗੇ, ਔਰ ਕੀ ਕਾਲਿੰਗ ਸੀ ਇਹ ਫਿਲਮ ਨੂੰ ਬਣਾਉਣ ਦੀ? ਮੇਰੀ ਸੋਚਣਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਨਾਲ ਆਪਣੀ ਕਾਲ ਨਾਲ ਜ਼ਿਆਦਾ ਬਣਦੀਆਂ ਨੇ, ਅਤੇ ਲੋਕਾਂ ਦੀ ਉਹ ਆਸ ਹੁੰਦੀ ਆ, ਉਮੀਦ ਹੁੰਦੀ ਆ ਕਿ ਲੋਕ ਦੇਖ ਕੇ ਇਹਨੂੰ ਪਸੰਦ ਕਰਨਗੇ ਅਤੇ ਐਕਸੈਪਟ ਕਰਨਗੇ, ਕਿ ਉਸ ਲੈਵਲ 'ਤੇ ਇਹਨੂੰ ਐਕਸੈਪਟ ਕਰਨਗੇ, ਇਹਨੂੰ ਸਕਸੈਸਫੁਲ ਵੀ ਕਰਨ, ਇਹ ਇੱਕ ਹਿੱਟ ਵੀ ਹੋ ਜਾਏ। ਇਹ ਜਿਸ ਤਰ੍ਹਾਂ ਦੀਆਂ ਆਮ ਅਸੀਂ ਇਸ ਇੰਡਸਟਰੀ 'ਚ ਸਾਡੇ ਜਿਹੜੇ ਸੁਪਨੇ ਹੁੰਦੇ, ਡਰੀਮ ਹੁੰਦੇ ਕਿ ਸਾਡੀ ਫਿਲਮ ਹਿੱਟ ਹੋਵੇ, ਸੁਪਰ ਹਿੱਟ ਹੋਵੇ ਜੀ, ਅਤੇ ਪਰ ਬਣਾਉਣਾ ਇਹਦਾ ਨਾ, ਉਹ ਆਪਣੀ ਕਾਲਿੰਗ ਹੁੰਦੀ, ਆਪਣੀ ਉਦੋਂ ਵੀ ਬਣਾ ਸਕਦੇ ਤੁਸੀਂ, ਤੁਸੀਂ ਜਦੋਂ ਮਨ ਬਣਾ ਲਿਆ ਕਿ ਮੈਂ ਬਣਾਉਣੀ ਇਸ ਤਰ੍ਹਾਂ ਦੀ ਫਿਲਮ ਬਣਾਉਣੀ ਆ, ਇੱਕ ਸਬਜੈਕਟ ਤੁਹਾਨੂੰ ਬੜਾ ਅਟਰੈਕਟ ਕਰਦਾ, ਤੁਹਾਨੂੰ ਇਮੋਸ਼ਨਲੀ ਤੁਹਾਡੇ ਨਾਲ ਜੁੜਦਾ, ਅਤੇ ਇਹ ਸਬਜੈਕਟ ਇਸ ਤਰ੍ਹਾਂ ਦਾ ਸੀ ਕਰਤਾਰ ਸਿੰਘ ਸਰਾਭੇ ਦਾ, ਮੈਂ ਤਾਂ ਬਣਾਈ ਇਹ ਫਿਲਮ। ਓਕੇ, ਤੂੰ ਇੱਥੇ ਕਿਤੇ ਨਾ ਕਿਤੇ ਕੋਈ ਰਿਸਕ ਰਹਿੰਦਾ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਅਸੀਂ ਐਸੀ ਫਿਲਮ ਬਣਾਉਂਦੇ ਹਾਂ ਤਾਂ ਮਨ 'ਚ ਡਰ ਰਹਿੰਦਾ ਕਿ ਇਹ ਕਮਰਸ਼ੀਅਲੀ ਬਾਕਸ ਆਫਿਸ 'ਤੇ ਉਹ ਕਮਾਈ ਕਰੇਗੀ ਜਾਂ ਨਹੀਂ ਕਰੇਗੀ, ਇਹ ਰਿਸਕ ਨੂੰ ਲੈ ਕੇ ਚੱਲਦੇ ਹੋ ਨਹੀਂ, ਇਹ ਚੀਜ਼ਾਂ ਫਿਰ ਇਹਨਾਂ ਤੋਂ ਉੱਪਰ ਉੱਠਣਾ ਪੈਂਦਾ? ਇਹ ਹਾਲੇ ਡਰ ਤਾਂ ਨਹੀਂ, ਪਰ ਇਹ ਹਾਂ ਸੋਚਣਾ ਵੀ ਪੈਂਦਾ ਕਿ ਇਹਦੇ ਨਾਲ ਫਿਲਮ 'ਚ ਇਨਵੈਸਟਰ ਹੁੰਦੇ ਨੇ, ਪਾਰਟਨਰਸ ਹੁੰਦੇ ਨੇ, ਬਿਲਕੁਲ, ਜਿਹਨਾਂ ਦੇ ਪੈਸਿਆਂ ਦਾ ਵੀ ਸੋਚਣਾ ਪੈਂਦਾ ਕਿ ਉਹਨਾਂ ਦੀ ਪੈਸੇ ਵਾਪਸ ਆਉਣ, ਕੋਈ ਪ੍ਰੋਫਿਟ ਵੀ ਬਣਿਆ ਉਹਨਾਂ ਨੂੰ, ਅੱਗੇ ਵੀ ਤੁਹਾਡੇ ਨਾਲ ਕੁਛ ਕਰਨ ਜੋਗੇ ਹੋਣ, ਇਹ ਤਾਂ ਸੋਚਦਾ ਹਮੇਸ਼ਾ ਸੋਚਣਾ ਪੈਂਦਾ, ਹਰ ਫਿਲਮ ਜਦੋਂ ਬਣਾਉਂਦੇ ਸੋਚਣਾ ਪੈਂਦਾ ਇਸ ਨੂੰ। ਪਰ ਇਸ ਤੋਂ ਇਲਾਵਾ ਇਹ ਵੀ ਹੈ ਕਿ ਇੱਕ ਵਾਰੀ ਜਦੋਂ ਤੁਹਾਡਾ ਮਨ ਬਣ ਜਾਂਦਾ ਕਿ ਬਣਾਉਣੀ ਹੈ ਫਿਲਮ, ਇਹ ਬੰਦਾ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਘੱਟ ਸੋਚਦਾ ਹੈ, ਕਿ ਹਰ ਰੋਜ਼ ਉਸ ਤਰ੍ਹਾਂ ਦੀ ਜਿਹਦੀ ਹਰ ਰੋਜ਼ ਦੀ ਬੈਠ ਕੇ ਪੇਪਰ ਦੇ ਪੈਨਸਲ ਦੇ ਨਾਲ ਲੈ ਕੇ ਕਿ ਇੰਨੇ ਸਿਨੇਮਾ 'ਚ ਲੱਗੂਗੇ, ਇੰਨੇ ਕੁ ਪੈਸੇ ਬਣਗੇ, ਉਹ ਚੀਜ਼ਾਂ ਬਿੰਦਾ ਫਿਰ ਸੋਚਦਾ ਇਹਨਾਂ ਬਾਰੇ, ਫਿਰ ਤਾਂ ਹੁੰਦਾ ਕਿ ਅੱਛੀ ਮੈਂ ਫਿਲਮ ਬਣਾਵਾਂ ਜਿਹੜੀ ਕਿ ਲੋਕਾਂ ਨਾਲ ਜੁੜੇ, ਅਤੇ ਇੱਕ ਇਮੋਸ਼ਨਲੀ ਉਹਨਾਂ ਦੇ ਨਾਲ ਜੁੜੇ ਫਿਲਮ, ਅਤੇ ਜਿਹਨੂੰ ਜਿਸ ਤਰ੍ਹਾਂ ਦੀ ਸਾਨੂੰ ਰਿਸਪੋਂਸ ਆ ਰਹੀ ਹੈ ਹੁਣ, ਉਹ ਲੱਗ ਰਿਹਾ ਕਿ ਜੋ ਅਸੀਂ ਚਾਹੁੰਦੇ ਸੀ, ਜੋ ਮੈਂ ਚਾਹੁੰਦਾ ਸੀ, ਸਾਡੀ ਟੀਮ ਚਾਹੁੰਦੀ ਸੀ, ਉਹ ਹੋ ਰਿਹਾ ਇਸ ਫਿਲਮ ਦੀ। ਓਕੇ, ਤੋ ਜੇ ਤੁਸੀਂ ਫਿਲਮ ਬਣਾ ਰਹੇ ਹੋ, ਉਮੀਦ ਤਾਂ ਇਹੀ ਹੈ ਕਿ ਕਰਤਾਰ ਸਿੰਘ ਸਰਾਭਾ ਹੋਣੀ ਤੁਹਾਡੀ ਇੰਸਪੀਰੇਸ਼ਨ ਵੀ ਹੋਣਗੇ, ਤੁਹਾਡੇ ਆਈਡਲ ਹੋਣਗੇ। ਤੁਹਾਨੂੰ ਮੂਮੈਂਟ ਯਾਦ ਹੈ ਲਾਈਫ 'ਚ ਫਸਟ ਵਾਰ ਜਦੋਂ ਤੁਸੀਂ ਇਹਨਾਂ ਦਾ ਜ਼ਿਕਰ ਸੁਣਿਆ ਸੀ ਸਕੂਲ ਦੀ ਕਿਤਾਬ 'ਚ ਜਾਂ ਕਿਸੇ ਵੱਡਿਆਂ ਤੋਂ ਜਦੋਂ ਜ਼ਿਕਰ ਸੁਣਿਆ ਸੀ, ਔਰ ਉਹ ਕਿਹੜੀ ਮੂਮੈਂਟ ਨੇ ਤੁਹਾਨੂੰ ਮਤਲਬ ਉਹ ਯਾਦਗਾਰੀ ਜੇ ਹੋਵੇ ਤੁਹਾਡੀ ਕਿ ਜਿਹਨੇ ਤੁਹਾਨੂੰ ਹਿਲਾ ਕੇ ਰੱਖਤਾ ਸੀ, ਜਦੋਂ ਤੁਹਾਨੂੰ ਲੱਗਾ ਸੀ ਕਿ ਇਹ ਅੱਜ ਤੋਂ ਮੇਰੀ ਇੰਸਪੀਰੇਸ਼ਨ ਹੈ ਜਾਂ ਤੁਸੀਂ ਫੋਲੋ ਕਰਨਾ ਸ਼ੁਰੂ ਕਰਤਾ ਸੀ ਉਹਨਾਂ ਨੂੰ? ਮੇਰੀ ਵੀ 19 ਕੀ ਉਮਰ ਸੀ, 16 ਸਾਲ ਦੀ ਉਮਰ 'ਚ ਜਦੋਂ ਮੈਂ ਅਮਰੀਕਾ ਗਿਆ, ਪਹਿਲਾਂ ਇੰਗਲੈਂਡ ਰਹਿੰਦੇ ਸੀ ਇੱਥੇ। ਓਕੇ, ਉਸ ਤੋਂ ਬਾਅਦ 16 ਸਾਲ ਦੀ ਉਮਰ 'ਚ ਗਿਆ, ਅਤੇ ਜਦੋਂ ਮੈਨੂੰ ਇੱਕ ਮੌਕਾ ਮਿਲਿਆ, ਚਾਂਸ ਮਿਲਿਆ, ਉਹ ਲਾਈਫ 'ਚ ਜਿਸ ਤਰ੍ਹਾਂ ਇੱਕ ਨਵਾਂ ਸ਼ੁਰੂਆਤ ਸੀ ਅਮਰੀਕਾ ਦੇ ਵਿੱਚ, ਅਸੀਂ ਖੱਤਿਆਂ 'ਚ ਕੰਮ ਕਰਦੇ ਹੁੰਦੇ ਸੀ,
ਨਾਲ ਮੈਕਸੀਕਨ ਫੈਮਿਲੀ ਨਾਲ ਪੀਚ ਤੋੜ ਦਿੰਦੇ ਸੀ ਪੀਚ 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 ਔਰਚਰ ਸੀਗੇ ਸਾਡੇ ਰਿਸ਼ਤੇਦਾਰ ਸੀ ਜਿਹਨਾਂ ਦੇ ਉਹ ਸੀਗੇ ਅਤੇ ਉੱਥੇ ਕੰਮ ਕੀਤਾ ਤਾਂ ਉਹ ਜਿਹੜੇ ਮਾਲਕ ਸੀ ਉਹਨਾਂ ਦੇ ਜਿਹੜੇ ਮੇਰੀ ਸਿਸਟਰ ਦੇ ਸਹੁਰੇ ਸਹੁਰਾ ਸਾਹਿਬ ਉਹ 1913 'ਚ ਗਏ ਸੀਗੇ ਅਮੈਰੀਕਾ ਉਦੋਂ ਜਦੋਂ ਕਿ ਗਦਰ ਲਹਿਰ ਦਾ ਕਾਫੀ ਜ਼ੋਰ ਜ਼ੋਰ ਦੇ ਵਿੱਚ ਸੀਗੇ ਸ਼ੁਰੂ ਵੀ ਹੋਈ 1300 ਹੋਈ ਸੀ ਕਦਰੀ ਬਾਬੇ ਸਭ ਸੋਹਣ ਸਿੰਘ ਪੱਖਣਾ ਲਾਲਾ ਹਰਦਿਆਲ ਹਨਾਮ ਸਿੰਘ ਟੁੰਡਲਰ ਕਰਤਾਰ ਸਿੰਘ ਸਰਾਭਾ ਉਸੇ ਕੀ ਏਰੀਏ 'ਚ ਸੀ ਜਿੱਥੇ ਕਿ ਉਹ ਰਹਿੰਦੇ ਸੀਗੇ ਅਤੇ ਉਹਨੇ ਮੈਨੂੰ ਕਹਾਣੀਆਂ ਸੁਣਾਉਣੀਆਂ ਪਹਿਲੀ ਵਾਰੀ ਕਰਤਾਰ ਸਿੰਘ ਸਰਾਭਾ ਬਾਰੇ ਉਹਨਾਂ ਕੋਲੋਂ ਸਿੱਖਿਆ ਉਹਨਾਂ ਕੋਲੋਂ ਸੁਣਿਆ ਅਤੇ ਮੈਂ ਤਾਂ ਸੁਣ ਕੇ ਹੈਰਾਨ ਹੈ ਕਿ ਅਸੀਂ 16 ਸਾਲ ਦੀ ਉਮਰ ਦੇ ਵਿੱਚ ਅਸੀਂ ਚਲੋ ਇੱਕ ਮਾਡਰਨ ਟਾਈਮ ਦੇ ਵਿੱਚ ਪਲੇਨ ਦੇ ਰਾਹੀਂ ਆਏ ਅਮੈਰੀਕਾ ਉਹ ਵੀ ਇੰਗਲੈਂਡ ਤੋਂ ਅੰਗਰੇਜ਼ੀ ਵੀ ਆਉਂਦੀ ਸੀ ਸਭ ਕੁਛ ਬੜਾ ਸੌਖਾ ਆਸਾਨ ਸੀ ਸਾਨੂੰ ਅਮੈਰੀਕਾ ਦੇ ਵਿੱਚ ਅਡੋਪਟ ਕਰਨਾ ਉਹ 1912 'ਚ ਆਇਆ ਜਹਾਜ਼ ਸਮੁੰਦਰੀ ਜਹਾਜ਼ ਦੇ ਰਾਹੀਂ ਪਤਾ ਨਹੀਂ ਕਿੰਨੇ ਕੁ ਮਹੀਨੇ ਲੱਗੇ ਹੋਣਗੇ ਉਹਨੂੰ ਅਤੇ ਪੜ੍ਹਨ ਆਇਆ ਅਮੈਰੀਕਾ ਦੇ ਬਰਕਲੀ ਯੂਨੀਵਰਸਿਟੀ ਜਿਹੜੀ ਕਿ ਉਸ ਵਕਤ ਦੁਨੀਆ ਦੀ ਟੋਪ ਯੂਨੀਵਰਸਿਟੀ ਅੱਜ ਵੀ ਹੈ ਅਤੇ ਬੜਾ ਸੁਣ ਕੇ ਬੜਾ ਇੱਕ ਇਸ ਤਰ੍ਹਾਂ ਦਾ ਹੋਇਆ ਕਿ ਇੱਦਾਂ ਦੇ ਵੀ ਲੋਕ ਹੋਏ ਨੇ ਹਿਸਟਰੀ ਦੇ ਵਿੱਚ ਕਿ ਉਹ ਉਸ ਟਾਈਮ ਤੋਂ ਥੋੜ੍ਹਾ ਜਿਹਾ ਮੇਰਾ ਇੰਨਾ ਮੈਂ ਪ੍ਰਭਾਵਿਤ ਹੋਏ ਤੁਸੀਂ ਅਤੇ ਮਨ ਦੇ ਵਿੱਚ ਗਈ ਨਹੀਂ ਚੀਜ਼ ਉਹਦੀ ਯਾਨੀ ਕਿ ਅਤੇ ਆਸੇ ਆਸੇ ਹੋਰ ਵੀ ਮੈਨੂੰ ਕਈ ਮੌਕੇ ਮਿਲੇ ਇੱਦਾਂ ਦੇ ਲੋਕਾਂ ਨੂੰ ਮਿਲੇ ਜਿਹੜੇ ਕਿ ਗਦਰ ਦੇ ਲਹਿਰ ਦੇ ਵਿੱਚ ਇਨਵੋਲਵ ਸੀਗੇ ਇੱਕ ਗਦਰ ਲਹਿਰ ਦੇ ਆਖਰੀ ਲਾਸਟ ਰਿਵਾਈਵਿੰਗ ਸੈਕਟਰੀ ਅਸੀਂ ਉਹਨੂੰ ਕਹਿੰਦੇ ਹੁੰਦੇ ਸੀਗੇ ਉਦੋਂ ਕੇਸਰ ਸਿੰਘ ਢਿੱਲੋਂ ਜੀ ਇਹ ਉਹਨਾਂ ਦੇ ਨਾਲ ਵੀ ਮੇਰੀ ਗੱਲਬਾਤ ਮੈਂ ਜਾ ਕੇ ਬਹਿੰਦਾ ਹੁੰਦਾ ਸੀ ਉਹਨਾਂ ਕੋਲ ਉਹ ਜਿਸ ਘਰ 'ਚ ਇਹਨਾਂ ਦੇ ਜਿਸ ਘਰ ਦੇ ਮਾਲਕ ਸੀ ਉੱਥੇ ਬੇਸਮੈਂਟ ਦੇ ਵਿੱਚ ਪ੍ਰਿੰਟਿੰਗ ਪ੍ਰੈਸ ਪਈ ਸੀ ਜਿਹਨਾਂ ਅੱਗੇ ਗਦਰ ਦਾ ਪੇਪਰ ਛਪਦਾ ਹੁੰਦਾ ਸੀ ਹੋਰ ਵੀ ਬਹੁਤ ਸਮਾਨ ਪਿਆ ਹੁੰਦਾ ਸੀ ਉੱਥੇ ਉਹਨੇ ਮੈਨੂੰ ਕਹਾਣੀਆਂ ਸੁਣਾਈ ਜਾਣੀ ਇਹਨਾਂ ਦੇ ਬਾਰੇ ਮੈਨੂੰ ਵੀ ਬੜਾ ਸ਼ੌਕ ਸੀ ਮੈਂ ਸ਼ੁਰੂ ਤੋਂ ਬਚਪਨ ਤੋਂ ਮੈਨੂੰ ਹਿਸਟਰੀ ਨਾਲ ਬੜਾ ਸ਼ੌਕ ਹੈ ਮੈਨੂੰ ਅਤੇ ਇੰਗਲੈਂਡ ਮੈਂ ਪੜ੍ਹਦਾ ਹੁੰਦਾ ਸੀ ਇੰਗਲੈਂਡ ਵੀ ਮੈਨੂੰ ਬ੍ਰਿਟਿਸ਼ ਹਿਸਟਰੀ ਵਰਲਡ ਹਿਸਟਰੀ ਸਭ ਕੁਝ ਮੈਂ ਪੜ੍ਹਿਆ ਇੰਟਰਸਟ ਸੀ ਮੈਨੂੰ ਇਸ ਚੀਜ਼ ਦੇ ਬਾਅਦ ਅਤੇ ਉਹ ਗਾਂ ਦੇ ਗਾਂ ਇਸ ਕਰਕੇ ਵੀ ਥੋੜ੍ਹੇ ਜਿਹੇ ਨਾਲ ਜੁੜੀ ਰਹੀ ਇਹ ਚੀਜ਼ ਮੇਰੇ ਨਾਲ ਮੇਰੇ ਮਨ ਦੇ ਵਿੱਚ ਰਹੀ ਅਤੇ ਜਦੋਂ ਫਿਰ ਇੰਡਸਟਰੀ 'ਚ ਆਇਆ ਮੈਂ ਐਜ਼ ਐਨ ਐਕਟਰ ਸ਼ੁਰੂ ਕੀਤਾ ਸੀ ਪਹਿਲਾਂ ਕੰਮ ਅਤੇ ਮਨ 'ਚ ਸੀ ਅਗਰ ਕਦੀ ਫਿਲਮ ਬਣਾਵਾਂਗਾ ਤਾਂ ਕਰਤਾਰ ਸਿੰਘ ਸਰਾਭਾ ਦੇ ਜ਼ਰੂਰ ਮੈਂ ਫਿਲਮ ਬਣਾਵਾਂਗਾ ਓਕੇ ਇੱਥੇ ਇਸ ਕੰਟੈਂਟ 'ਤੇ ਕਹਿ ਲਈਏ ਫਿਲਮ ਪਹਿਲਾਂ ਬਣੀ ਹੋਈ ਹੈ ਤਾਂ ਕੀ ਰਿਕੁਆਇਰਮੈਂਟ ਹੋਈ ਜਾਂ ਕੀ ਸਾਨੂੰ ਅਲੱਗ ਦੇਖਣ ਨੂੰ ਮਿਲੇਗਾ ਦੋਨਾਂ ਫਿਲਮ 'ਚ ਕੀ ਡਿਫਰੈਂਸ ਰਹੇਗਾ ਕਿ ਲੋਕ ਇਸ ਫਿਲਮ ਨੂੰ ਵੀ ਦੇਖਣ ਮੈਂ ਇਹ ਫਿਲਮ ਆਪਣੇ ਹਿਸਾਬ ਨਾਲ ਬਣਾਈ ਹੈ ਆਪਣੀ ਜਿਹੜੀ ਕਿ ਮੇਰੀ ਰਿਸਰਚ ਸੀਗੀ ਅਤੇ ਇੱਕ ਅਥੈਂਟਿਕ ਫਿਲਮ ਬਣਾਈ ਹੈ ਮੈਂ ਉਸ ਸਮੇਂ ਦੇ ਹਿਸਾਬ ਦਾ ਫਿਲਮ ਬਣਾਈ ਹੈ ਜਿਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਨੇ ਪਲੇਨ ਉਡਾਉਣਾ ਸਿੱਖਿਆ ਸੀ ਮੈਂ ਅਸੀਂ ਕਹਿ ਸਕਦੇ ਕਿ ਹਿੰਦੁਸਤਾਨ ਦਾ ਉਹ ਏਸ਼ੀਆ ਦਾ ਮੈਂ ਤਾਂ ਕਹੂੰਗਾ ਫਸਟ ਪਾਇਲਟ ਸੀ 1914 'ਚ ਉਹਨੇ ਪਲੇਨ ਉਡਾਉਣਾ ਸਿੱਖਿਆ ਉਹ ਪੇਪਰ ਛਾਪਦਾ ਸੀ ਐਡੀਟਰ ਸੀ ਗਦਰ ਲਹਿਰ ਦਾ ਪੇਪਰ ਜਿਹੜਾ ਛਾਪਦੇ ਸੀ ਅਤੇ ਉਹਦੀ ਪ੍ਰਿੰਟਿੰਗ ਪ੍ਰੈਸ ਜਿਹਦੇ 'ਤੇ ਪੇਪਰ ਛਾਪਦੇ ਸੀਗੇ ਉਹ ਵੀ 1913 ਦੇ ਵਿੱਚ 1912-13 ਦਾ ਮਾਡਲ ਉਹ ਪ੍ਰਿੰਟਿੰਗ ਪ੍ਰੈਸ ਸੀ ਮੈਂ ਉਹੀ ਪਲੇਨ ਲੱਭਿਆ ਉਹ ਸੀ ਸੇਮ ਮਾਡਲ ਜਿਹ 'ਚ ਉਹਨੇ ਸਿੱਖਿਆ ਸੀ 1913 ਦਾ ਮਾਡਲ ਉਹ ਅਸੀਂ ਲੱਭ ਕੇ ਮਿਊਜ਼ੀਅਮ ਦੇ ਵਿੱਚ ਪਿਆ ਹੋਇਆ ਸੀਗਾ ਮਿਊਜ਼ੀਅਮ 'ਚੋਂ ਕੱਢਿਆ ਉਹਨੂੰ ਉਡਾਇਆ ਨੂੰ 10-15 ਸਾਲ ਹੋ ਗਏ ਸੀ ਉਡਾਇਆ ਨਹੀਂ ਸੀ ਮੈਂ ਉਡਵਾਇਆ ਉਹ ਪਲੇਨ ਨੂੰ ਉਹਨੂੰ ਹਵਾ 'ਚ ਗਿਆ ਕਰਤਾਰ ਸਿੰਘ ਸਰਾਭਾ ਜਿਹੜਾ ਆਪਣਾ ਕੈਰੈਕਟਰ ਆ ਉਸ 'ਚ ਬੈਠਾ ਉਹ ਸਭ ਕੁਛ ਉਦੋਂ ਓਰਿਜਨਲੀ ਸ਼ੂਟ ਕੀਤਾ ਜਿਹੜੀ ਪ੍ਰਿੰਟਿੰਗ ਪ੍ਰੈਸ ਸੀ ਉਹ ਹੀ ਮਾਡਲ ਮੈਂ ਲੱਭਿਆ ਜਿਹੜਾ ਕਿ ਮੈਂ ਫਿਲਮ 'ਚ ਦਿਖਾਇਆ ਸੋ ਇਸ ਤਰ੍ਹਾਂ ਚੀਜ਼ਾਂ ਇੰਨੀ ਕੁ ਮਿਹਨਤ ਕੀਤੀ ਆ ਲਾਹੌਰ ਸੈਂਟਰਲ ਜੇਲ੍ਹ ਜਿੱਥੇ ਕਿ ਇਹਨੂੰ ਫਾਂਸੀ ਦਿੰਦੇ ਨੇ ਰੱਖਦੇ ਇਹਨਾਂ ਨੂੰ ਗਦਰੀ ਬਾਬਿਆਂ ਨੂੰ ਜੇਲ੍ਹ 'ਚ ਰੱਖਦੇ ਨੇ ਉਹ ਤਾਂ ਚਲੋ ਸਾਨੂੰ ਨਹੀਂ ਮਿਲੀ ਲਾਹੌਰ ਦੇ ਵਿੱਚ ਉਹ ਜੇਲ੍ਹ ਵੀ ਕਾਫੀ ਬਦਲੀ ਹੋ ਚੁੱਕੀ ਹੈ ਅਤੇ ਸੈੱਟ ਬਣਾਇਆ ਸੀ ਉਦੋਂ ਦਾ ਜਿਹੜਾ ਲੱਗੇ ਇੱਕ ਨੰਬਰ ਅਥੈਂਟਿਕ ਜਿੱਥੇ ਫਾਂਸੀ ਦਿੰਦੇ ਨੇ ਉਹ ਬੰਦੇ ਸਭ ਉਦੋਂ ਦੇ ਬਣਾਏ ਅਤੇ ਇੰਨੀ ਕੁ ਮਿਹਨਤ ਕੀਤੀ ਹੈ ਪਰ ਇਹ ਤਾਂ ਓਵਰ ਦਾ ਟੋਪ ਮਿਹਨਤ ਹੈ ਮੈਨੂੰ ਲੱਗਦਾ ਕਿ ਇਸ ਤੋਂ ਹੋਰ ਤੁਸੀਂ ਕੀ ਕਰ ਸਕਦੇ ਹੋ ਅਤੇ ਮੈਨੂੰ ਲੱਗਦਾ ਮਿਹਨਤ ਰੰਗ ਲਿਆਉਂਦੀ ਵੀ ਹੈ ਤੋ ਤੁਹਾਨੂੰ ਬੈਸਟ ਕੰਟਰੀਬਿਊਸ਼ਨ ਕੀ ਲੱਗਦਾ ਕਰਤਾਰ ਸਿੰਘ ਸਰਾਭਾ ਦਾ ਜਾਂ ਉਸ ਗਦਰ ਮੂਵਮੈਂਟ ਦਾ ਉਹਨਾਂ ਫਰੀਡਮ ਫਾਈਟਰਸ ਦਾ ਜੋ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਕਮਾਈ ਅਸੀਂ ਅੱਜ ਵੀ ਖਾਂਦੇ ਪਏ ਬੈਸਟ ਕੰਟਰੀਬਿਊਸ਼ਨ ਤੁਹਾਡੀ ਨਜ਼ਰਾਂ 'ਚ ਕੀ ਹੈ ਇਹੋ ਹੀ ਕਿ ਸਾਨੂੰ ਉਹਨੇ ਆਜ਼ਾਦ ਕਰਵਾ ਦਿੱਤਾ ਓਕੇ ਦੇਖੋ ਕੀ ਕਹਿੰਦੇ ਨੇ ਗਦਰ ਲਹਿਰ ਫੇਲ ਹੋ ਗਈ ਠੀਕ ਹੈ ਕੁਛ ਹੱਦ ਤੱਕ ਜੋ ਕੁਛ ਉਹ ਚਾਹੁੰਦੇ ਸੀ ਨਹੀਂ ਹੋਇਆ ਪਰ ਉਹਨਾਂ ਹੀ ਗਦਰੀ ਬਾਬਿਆਂ ਨੇ ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੇ ਇਹਦੇ ਨਾਲ 6 ਸਾਥੀ ਹੋਰ ਵੀ ਫਾਂਸੀ 'ਤੇ ਚਾੜੇ ਗਏ ਸੀ ਉਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਇੱਕ ਸਾਡਾ ਮੁਲਕ ਜਾਗ ਗਿਆ ਸਾਡਾ ਸਪੈਸ਼ਲੀ ਸਾਡੀ ਨੌਰਥ ਬੈਲਟ ਜਿਹਨੂੰ ਕਹਿੰਦੇ ਪੰਜਾਬ ਜਾਗ ਗਿਆ ਸੀਗਾ ਕਿ ਆਜ਼ਾਦੀ ਵੀ ਕੁਛ ਚੀਜ਼ ਅਸੀਂ ਤਾਂ ਸੁੱਤੇ ਪਏ ਸੀ ਸਾਨੂੰ ਤਾਂ ਗੋਰਿਆਂ ਦਾ ਰਾਜ ਬਹੁਤ ਵਧੀਆ ਲੱਗਦਾ ਸੀਗਾ ਅੰਗਰੇਜ਼ਾਂ ਦਾ ਰਾਜ ਹਟਣ ਤੋਂ ਬਾਅਦ ਵੀ ਪਹਿਲਾਂ ਬਾਅਦ ਵੀ 25-30-40 ਸਾਲ ਅੱਜ ਵੀ ਕੋਈ ਬਜ਼ੁਰਗ ਜਿੰਨਾ ਤਾਂ ਕਹਿੰਦੇ ਹਾਲੇ ਵੀ ਕਹਿੰਦੇ ਨੇ ਅੰਗਰੇਜ਼ਾਂ ਦਾ ਰਾਜ ਵਧੀਆ ਸੀਗਾ ਇੱਕ ਅਸੀਂ ਗੁਲਾਮੀ ਨੂੰ ਸਹਿ ਕੇ ਜੀ ਰਹੇ ਸੀਗੇ ਗੁਲਾਮੀ ਠੀਕ ਹੈ ਜੀ ਇਹਨੇ ਜਗਾਤਾ ਸੀ ਸਾਡੇ ਹਿੰਦੁਸਤਾਨ ਨੂੰ ਕਿ ਨਹੀਂ ਗੁਲਾਮੀ ਸਹੀ ਨਹੀਂ ਹੈ ਆਜ਼ਾਦੀ ਸਹੀ ਹੈ ਆਜ਼ਾਦ ਹੋਣਾ ਚਾਹੀਦਾ ਉਸ ਤੋਂ ਬਾਅਦ ਆਪਣੇ ਸ਼ਹੀਦ ਭਗਤ ਸਿੰਘ
ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਤੋਂ ਇੰਸਪਾਇਰ ਹੋਏ, ਊਧਮ ਸਿੰਘ, ਹੋਰ ਵੀ ਸੈਂਕੜਾ ਜਿਹਨਾਂ ਨੇ ਆਜ਼ਾਦੀ ਵਾਸਤੇ ਲੜੀਆਂ। ਬਿਲਕੁਲ, ਅਤੇ ਇਸ ਤੋਂ ਬੜੀ ਯਾਨੀ ਦੇਣ ਕੀ ਹੋ ਸਕਦੀ ਹੈ? ਅੱਜ ਦਾ ਜਿਹੜਾ ਨੌਜਵਾਨ, ਅੱਜ ਦਾ ਯੂਥ ਹੈ, ਇਹ ਕਿਵੇਂ ਰਿਲੇਟ ਕਰ ਪਾਏਗਾ? ਕਿਉਂਕਿ ਜੋ ਬੇਸਿਕ ਮਸਲੇ ਨਾ ਅੱਜ ਦੀ ਜਨਰੇਸ਼ਨ ਦੇ, ਉਹ ਇਹੀ ਹੈ ਕਿ ਰੋਟੀ, ਕੱਪੜਾ, ਮਕਾਨ, ਉਹ ਸਦੀਆਂ ਤੋਂ ਚੱਲਦੇ ਆ ਰਹੇ ਨੇ। ਲੋਕਾਂ ਨੂੰ ਜਦੋਂ ਲੱਗਦਾ ਕਿ ਰਸਤੇ 'ਚ ਜੇ ਕਿਤੇ ਲੜਾਈ ਵੀ ਹੁੰਦੀ ਪਈ ਹੈ, ਕਿਤੇ ਹੱਕ ਸੱਚ ਦੀ ਗੱਲ ਵੀ ਕਰਨੀ ਹੈ, ਤਾਂ ਲੋਕ 2 ਮਿੰਟ ਦੇਖਦੇ ਨੇ, ਗੱਡੀ ਚਲਾਉਂਦੇ ਨੇ ਅਤੇ ਅੱਗੇ ਚੱਲ ਜਾਂਦੇ ਨੇ। ਕਦੇ ਸਾਡੀ ਲੜਾਈ ਨਹੀਂ, ਸਾਡੀ ਲੜਾਈ ਨਹੀਂ ਹੈਗੀ। ਪਰ ਉਹ ਆਪਾਂ ਇੱਥੇ ਫਿਲਮ ਦੀ ਜੇ ਗੱਲ ਕਰੀਏ, ਤੁਸੀਂ ਕਹਿ ਰਹੇ ਕਿ ਨੌਜਵਾਨ ਦੇਸ਼ ਦੀ ਲੜਾਈ ਲੜਦੇ ਪਏ ਨੇ, ਤਾਂ ਜਿਹੜੇ ਲੋਕ ਨੇ ਜੋ ਇਸ ਚੀਜ਼ ਦੇ ਵਿੱਚ ਹਿੱਸਾ ਹੀ ਨਹੀਂ ਲੈਂਦੇ, ਉਹ ਕਿਵੇਂ ਰਿਲੇਟ ਕਰਨਗੇ ਇਹਨਾਂ ਹੀਰੋਜ਼ ਨਾਲ? ਇਹਨਾਂ ਤੋਂ ਕੀ ਸਿੱਖੋਗੇ ਫਿਰ? ਇਹ ਵੀ ਦੇਖੋ ਨਾ, ਗਦਰੀ ਬਾਬੇ ਵੀ ਬਾਹਰ ਕਮਾਈ ਕਰਨ ਗਏ ਸੀਗੇ, ਰੋਟੀ ਕੱਪੜੇ ਦੀ ਗੱਲ ਕੀਤੀ, ਉਹ ਰੋਟੀ ਕੱਪੜੇ ਵਾਸਤੇ ਗਏ ਸੀਗੇ, ਅਤੇ ਕਰਤਾਰ ਸਿੰਘ ਸਾਹਿਬ ਪੜ੍ਹਨ ਗਿਆ ਸੀਗਾ। ਉਹੀ ਯਾਨੀ ਕਿ ਅੱਜ ਕੱਲ੍ਹ ਅਸੀਂ ਬਾਹਰ ਜਾਂਦੇ ਹਾਂ, ਲੋਕ ਇੱਥੇ ਜਾਂਦੇ ਬਾਹਰ ਕਮਾਈ ਕਰਨ ਵਾਸਤੇ, ਕੁਛ ਪੜ੍ਹਨ ਜਾਂਦੇ ਨੇ, ਪਰ ਇਹ ਨਹੀਂ ਦੇਖੋ ਇਹਨਾਂ ਦੀ ਕੁਰਬਾਨੀ ਕਿ ਵਾਪਸ ਆਏ ਆਜ਼ਾਦੀ ਵਾਸਤੇ। ਕਹਿੰਦੇ ਅਸੀਂ ਇੱਕ ਬਦਲਾਅ ਲਿਆਉਣਾ, ਅਸੀਂ ਚੇਂਜ ਕਰਨਾ ਆਪਣੀ, ਆਪਣੇ ਹਿੰਦੁਸਤਾਨ ਨੂੰ, ਆਪਣੇ ਪੰਜਾਬ ਨੂੰ। ਅਤੇ ਅਗਰ ਇਹੋ ਕੁਛ ਸਿੱਖ ਲਈ ਇਸ ਫਿਲਮ ਤੋਂ ਕਿ ਠੀਕ ਹੈ ਬਾਹਰ ਪੜ੍ਹਨ ਜਾਓ, ਪਰ ਵਾਪਸ ਆਓ, ਆਪਣੇ ਮੁਲਕ ਦਾ ਕੁਛ ਸੋਚੋ। ਉਹਨੇ ਆਪਣੇ ਮੁਲਕ ਦਾ ਸੋਚਿਆ, ਇਸ ਕਰਕੇ ਵਾਪਸ ਆਏ ਸੀ। ਅਤੇ ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਹੈ, ਇਹੋ ਅਗਰ ਇੰਨੀ ਇੰਸਪੀਰੇਸ਼ਨ ਲੈਣ, ਇਹੋ ਇਗਜ਼ਾਮਪਲ ਲੜਨ ਕਿ ਨਹੀਂ, ਜਿਹੜੀਆਂ ਲੜਾਈਆਂ ਉਹ ਸਿਰਫ ਦੁਨੀਆਂ ਦੀਆਂ ਲੜਾਈਆਂ ਨੇ, ਉਹ ਸਾਡੀਆਂ ਲੜਾਈਆਂ ਵੀ, ਕੋਈ ਸਾਨੂੰ ਇਫੈਕਟ ਕਰਦੀਆਂ ਨੇ ਉਹ। ਅੱਜ ਕੱਲ੍ਹ ਜੰਗ ਕਿਤੇ ਲੱਗਾ ਹੁੰਦਾ ਮੁਲਕ ਦੁਨੀਆਂ ਦੇ ਵਿੱਚ, ਉਹਦਾ ਵੀ ਸਾਨੂੰ ਇਫੈਕਟ ਹੁੰਦਾ। ਗੈਸ ਦੀਆਂ ਪ੍ਰਾਈਸਾਂ, ਤੇਲ ਦੀਆਂ ਪ੍ਰਾਈਸਾਂ ਵੱਧ ਜਾਂਦੀਆਂ, ਕੁਛ ਨਾ ਕੁਛ ਹੋ ਜਾਂਦਾ, ਕੀਮਤਾਂ ਵੱਧ ਜਾਂਦੇ, ਸਾਡਾ ਰਹਿਣ ਬਹਿਣ ਉੱਤੇ ਅਸਰ ਹੁੰਦਾ ਉਹਨਾਂ ਚੀਜ਼ਾਂ ਦਾ। ਅੱਜ ਦੁਨੀਆ ਬਹੁਤ ਬੜੀ ਵੀ ਹੈ ਅਤੇ ਛੋਟੀ ਵੀ ਹੋ ਗਈ ਇੱਕ ਤਰ੍ਹਾਂ। ਬਿਲਕੁਲ, ਅਤੇ ਇਹ ਅਗਰ ਇੰਨੀਆਂ ਚੀਜ਼ਾਂ ਸਿੱਖੀਆਂ ਤਾਂ ਛੋਟੇ ਛੋਟੇ ਲੈਵਲ 'ਤੇ ਵੀ, ਪਰ ਪਿੰਡਾਂ ਦੇ ਵਿੱਚ ਹੀ ਕੋਈ ਇਹਨਾਂ ਦੀ ਰੈਵੋਲਿਊਸ਼ਨ, ਈਵੋਲਿਊਸ਼ਨ ਲੈ ਕੇ ਆਈਏ, ਕਿ ਇੰਨਾ ਕਿ ਅਸੀਂ ਆਪਣੇ ਪਿੰਡ ਨੂੰ ਬਦਲਣਾ ਜੀ, ਅਗਰ ਬਾਹਰੋਂ ਪੜ੍ਹ ਕੇ ਆਈਏ, ਕੁਛ ਸਿੱਖੀਏ। ਇਹ ਆਪਾਂ ਕਈ ਕਰੀ ਸੋਚਦੇ ਕਿ ਨਹੀਂ ਯਾਰ ਕੋਈ ਮੇਰੀ ਤਾਂ ਕਮੀ ਸੁਣੇਗਾ ਨਹੀਂ ਕੋਈ, ਇਹ ਤਾਂ ਚੱਲੀ ਜਾਂਦਾ, ਛੱਡੋ ਪਰਾਂ। ਪਰ ਉਹ ਅਗਰ ਉਹ ਇੰਨਾ ਸੋਚਦੇ ਤਾਂ ਹੋ ਸਕਦਾ ਅੱਜ ਵੀ ਸਾਡੇ 'ਤੇ ਅੰਗਰੇਜ਼ਾਂ ਦਾ ਰਾਜ ਹੁੰਦਾ। ਮੈਨੂੰ ਲੱਗਦਾ ਕਿ ਐਸੇ ਬੜੇ ਫਰੀਡਮ ਫਾਈਟਰਸ ਹੋਣਗੇ ਜਿਨ੍ਹਾਂ ਦਾ ਨਾਮ ਸਾਹਮਣੇ ਵੀ ਨਹੀਂ ਆਇਆ। ਬਹੁਤ ਨੇ, ਬਹੁਤ ਨੇ ਇੱਦਾਂ ਦੇ। ਅੱਜ ਵੀ ਜੇ ਕੋਈ ਨੌਜਵਾਨ ਆਵਾਜ਼ ਚੁੱਕਦਾ, ਕੋਈ ਵੀ ਹੋਵੇ, ਉਹ ਕਿਸੇ ਵੀ ਧਰਮ, ਜਾਤੀ, ਕਿੱਥੋਂ ਵੀ ਬਿਲੋਂਗ ਕਰਦਾ ਹੋਵੇ, ਉਹਨਾਂ 'ਤੇ ਤੁਹਾਨੂੰ ਲੱਗਦਾ ਕਿ ਸੋਸ਼ਲ ਮੀਡੀਆ ਦਾ ਵੀ ਨੁਕਸਾਨ ਹੋ ਗਿਆ? ਆਪਾਂ ਠੱਪੇ ਲਾ ਦਿੰਦੇ ਹਾਂ ਕਿ ਤੂੰ ਇਸ ਕਮਿਊਨਿਟੀ ਨੂੰ, ਇਸ ਜਾਤ ਨੂੰ ਬਿਲੋਂਗ ਕਰਦਾ, ਅਤੇ ਬੰਦਾ ਕਹਿੰਦਾ ਯਾਰ ਛੱਡ ਪਰਾਂ, ਫਿਰ ਜਦੋਂ ਮੈਨੂੰ ਤੁਸੀਂ ਐਲਾਨ ਹੀ ਇੱਕ ਠੱਪੇ ਦੇ ਨਾਂ ਤੋਂ ਕਰ ਦੇਣਾ, ਫਿਰ ਮੈਂ ਕਿਉਂ ਹੀ ਲੜਾਂ ਕਿਸੇ ਨਾਲ? ਅੱਜ ਕੱਲ੍ਹ ਦਾ ਸਮਾਂ ਇਸ ਤਰ੍ਹਾਂ ਦਾ ਕਿ ਜਿੱਥੇ ਕਿ ਅਟੈਕ ਕਰਨ ਵਾਲੇ ਬਹੁਤ ਨੇ, ਬਹੁਤ ਜਲਦੀ, ਅਤੇ ਸੋਸ਼ਲ ਮੀਡੀਆ 'ਤੇ ਝੱਟ ਫੈਲਾ ਜਿਹੜੀ ਗੱਲ, ਅਤੇ ਇਹ ਸਹੀ ਹੈ, ਬੰਦਾ ਕਿ ਡਰ ਜਾਂਦੇ ਨੇ, ਸਪੈਸ਼ਲੀ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਛੇਤੀ ਡਰ ਜਾਂਦੇ ਕਿ ਚੀਜ਼ਾਂ ਤੋਂ, ਉਸ ਤਰ੍ਹਾਂ ਦੀ ਯਾਨੀ ਕਿ ਇਹਨਾਂ 'ਚ ਜ਼ਰੂਰਤ ਨਹੀਂ ਹੈ ਕਿ ਮੈਂ ਨਹੀਂ, ਕੋਈ ਨਹੀਂ, ਮੈਂ ਆਪਣੀ, ਮੈਂ ਜਿਹੜੀ ਲੜਾਈ ਲੜਨੀ ਆ ਸੱਚੀ, ਮੈਂ ਸੱਚ 'ਤੇ ਖੜਾ ਤਾਂ ਮੈਂ ਸੱਚ 'ਤੇ ਖੜਾ ਰਹਾਂਗਾ, ਕਰਨ ਦੇ ਜੋ ਦੁਨੀਆ ਕਹਿੰਦੀ ਮੇਰੇ। ਪਰ ਚੇਂਜ ਉਦੋਂ ਹੀ ਆਉਂਦਾ ਆ ਜਦੋਂ ਇੱਦਾਂ ਦੇ ਸਾਡੇ ਵਿੱਚ ਹਸਤੀਆਂ ਆਉਂਦੀਆਂ ਨੇ, ਇਸ ਤਰ੍ਹਾਂ ਫਿਗਰਸ ਆਉਂਦੇ ਨੇ, ਕਹਿੰਦੇ ਕੋਈ ਨਹੀਂ ਮੈਂ ਆਪਣੀ ਲੜਾਈ ਲੜਾਂਗਾ, ਦੇਖੀ ਜਾਏਗੀ ਕੀ ਹੁੰਦਾ। ਤਾਂ ਤੁਹਾਡੀ ਰੀਸਰਚ ਕੀ ਰਹੀ, ਕਦੋਂ ਤੋਂ ਤੁਸੀਂ ਸ਼ੁਰੂ ਕਰਤਾ ਸੀ ਇਸ ਨੂੰ ਬਣਾਉਣਾ, ਔਰ ਜਦੋਂ ਆਈਡੀਆ ਨੂੰ ਸਕ੍ਰਿਪਟ 'ਤੇ ਲੈ ਕੇ ਆਉਣਾ, ਪੇਪਰ ਵਰਕ ਕਰਨਾ, ਉਸ ਤੋਂ ਬਾਅਦ ਪੋਸਟ ਪ੍ਰੋਡਕਸ਼ਨ, ਅਤੇ ਕਿੰਨਾ ਸਮਾਂ ਲੱਗ ਗਿਆ ਇਸ ਸਾਰੀ ਰਿਸਰਚ 'ਤੇ? ਹਾਲੇ ਤੱਕ ਦਾ ਤੁਹਾਨੂੰ ਲੱਗਦਾ ਕਿ ਸਭ ਤੋਂ ਚੈਲੇਂਜਿੰਗ ਪਾਰਟ ਕੀ ਸੀ, ਐਜ਼ ਅ ਰਾਈਟਰ, ਐਜ਼ ਅ ਡਾਇਰੈਕਟਰ, ਜਾਂ ਓਵਰਆਲ ਫਿਲਮ ਨੂੰ ਬਣਾਉਣਾ, ਸਭ ਤੋਂ ਔਖਾ ਤੁਹਾਨੂੰ ਕੀ ਲੱਗਾ, ਜਿਹਦੇ 'ਚ ਤੁਹਾਨੂੰ ਇੱਕ ਵਾਰੀ ਲੱਗਾ ਕਿ ਯਾਰ ਮੈਨੂੰ ਥੋੜ੍ਹੀ ਦੇਰ ਰੁਕਣਾ ਚਾਹੀਦਾ, ਆਰਾਮ ਨਾਲ ਸੋਚਣਾ ਚਾਹੀਦਾ? ਅਤੇ ਸਭ ਤੋਂ ਔਖਾ ਤਾਂ ਇਹਦੇ ਫਾਈਨੈਂਸਿੰਗ ਇਕੱਠੇ ਕਰਨ ਵਾਸਤੇ, ਸਭ ਨੂੰ ਪਹਿਲਾਂ ਤਾਂ ਹੋਈ, ਵਿਦਆਊਟ ਫਾਈਨੈਂਸਿੰਗ, ਬਿਨਾਂ ਪੈਸੇ ਤੋਂ ਬਿਨਾਂ ਫਿਲਮ ਨਹੀਂ ਬਣਦੀ, ਸਪੈਸ਼ਲੀ ਇਸ ਤਰ੍ਹਾਂ ਦੀ ਫਿਲਮ ਨਹੀਂ ਬਣਦੀ। ਫਿਰ ਬਾਕੀ ਕਾਸਟਿੰਗ ਦੇ ਉੱਤੇ, ਐਕਟਰ ਕਿਹੜੇ ਕਿਹੜੇ ਐਕਟਰ ਲਵਾਂ, ਹਰੇਕ, ਕਈ ਵਾਰੀ ਪ੍ਰੋਡਿਊਸਰ ਵੀ ਕਹਿੰਦੇ ਉਹ ਬੜਾ ਸਟਾਰ ਲਾ, ਇਹ ਫਲਾਂ ਦੇ ਐਕਟਰ ਨੂੰ ਲਾ ਲਾ ਇਹਦੇ ਵਿੱਚ। ਪਰ ਮੇਰਾ, ਮੇਰੇ ਮਨ 'ਚ ਇਹ ਸੀ ਕਿ ਮੈਂ ਐਕਟਰ ਇਹ ਫਿਲਮ ਦੇ ਵਿੱਚ ਕਰਤਾਰ ਸਿੰਘ ਸਰਾਭਾ ਦੇ ਵਿੱਚ ਕੋਈ ਸਟਾਰ ਨਾ ਦਿਸੇ, ਸਰਾਭਾ ਹੀ ਦਿਸੇ, ਮੇਰਾ ਹੀਰੋ ਸਰਾਭਾ ਹੈ, ਕੋਈ ਐਕਟਰ ਇਸ ਫਿਲਮ ਦਾ ਸਟਾਰ ਨਹੀਂ ਹੈ, ਇਹਦਾ ਸਟਾਰ ਸਰਾਭਾ ਖੁਦ ਹੈ, ਉਹਦੇ ਕਰਕੇ ਸਿਮਤ ਜਾ ਉੱਥੇ ਦੇਖਣ ਇਸ ਫਿਲਮ ਨੂੰ। ਇਸ ਹਾ ਜ਼ਿਆਦਾ ਮੁਸ਼ਕਲ ਸੀ, ਮੈਂ ਕਿਹੜਾ ਐਕਟਰ ਲਵਾਂ, ਕਾਸਟਿੰਗ ਪ੍ਰੋਸੈਸ ਨੂੰ ਮੈਨੂੰ ਕਾਫੀ ਟਾਈਮ ਲੱਗਾ ਫਿਰ। ਅਤੇ ਬਾਕੀ ਕਿ ਇੱਕ ਅਥੈਂਟਿਕ ਲੱਗੇ ਮੇਰੀ ਫਿਲਮ, ਉਸ ਤਰ੍ਹਾਂ ਨਹੀਂ ਲੱਗੇ, ਉਸ ਪੀਰੀਅਡ ਹੀ ਲੱਗੇ, ਸੈਟਸ, ਕੋਸਟਿਊਮ ਜਿਹੜੇ ਬਣਾਏ ਉਹ ਬੜੀ ਸੋਚ ਸੋਚ ਕੇ ਫਿਰ, ਅਤੇ ਕੋਈ ਪ੍ਰੋਪਰਟੀ ਵੀ, ਪ੍ਰੋਪਸ ਵੀ ਹੁੰਦੇ ਜਿਹੜੇ ਵਰਤੇ ਫਿਲਮ ਦੇ, ਉਸ ਜਿੱਦਾਂ ਮੈਂ ਕਿਹਾ ਪ੍ਰਿੰਟਿੰਗ ਪ੍ਰੈਸ ਬੜੀ ਮਿਹਨਤ ਨਾਲ ਲੱਭੀ, ਉਹੀ ਪ੍ਰਿੰਟਿੰਗ ਪ੍ਰੈਸ, ਉਸੀ ਉਹੀ ਮਾਡਲ ਲੱਭਾ ਜਿਹਾ ਅਤੇ ਪ੍ਰਿੰਟ ਕਰਦੇ ਹੁੰਦੇ ਸੀਗੇ। ਸੋ ਇਸ ਤਰ੍ਹਾਂ ਇਸ ਤਰ੍ਹਾਂ ਮੁਸ਼ਕਲਾਂ ਆਈਆਂ, ਮੁਸ਼ਕਲਾਂ ਮੈਂ ਮੁਸ਼ਕਲ ਵੀ ਨਹੀਂ ਕਹਾਂਗਾ ਕਿ ਯਾਨੀ ਕਿ ਜਿਹੜੀ ਮਿਹਨਤ ਕਰਨੀ ਪਈ ਇਹਨਾਂ ਚੀਜ਼ਾਂ ਦੇ ਉੱਤੇ। ਓਕੇ, ਤੋ ਅਸੀਂ ਐਕਟਰਸ ਦੇਖ ਰਹੇ ਹਾਂ, ਮਲਕੀਤ ਰੋਣੀ ਨੇ, ਜਸਮੀਨ ਜੱਸੀ ਨੇ, ਔਰ ਜਪਤੇਜ ਸਿੰਘ ਨੇ, ਔਰ ਬਾਲੀਵੁੱਡ ਤੋਂ ਵੀ ਮੇਰੇ ਖਿਆਲ ਤੁਸੀਂ ਐਕਟਰਸ ਲਏ, ਮੁਕੁਲਦੇਵ ਜੀ, ਹੈ ਨਾ? ਇਹਨਾਂ ਸਭ ਨੂੰ ਲੈ ਕੇ ਆਉਣਾ, ਔਰ ਲੱਗਦਾ ਹੀ ਹੈ ਕਿ ਫਿਲਮ 'ਤੇ ਚੰਗਾ ਬਜਟ ਲੱਗਾ ਹੋਇਆ, ਔਰ ਤੁਸੀਂ ਕਹਿ ਰਹੇ ਫਾਈਨੈਂਸ ਇਕੱਠੇ ਕਰਨ 'ਚ ਵੀ ਪ੍ਰੋਬਲਮ ਹੁੰਦੀ ਹੈ, ਕਿਉਂ ਪ੍ਰੋਡਿਊਸਰ ਕਰਦੇ ਨੇ ਇਸ ਐਸੀ ਫਿਲਮ
ਹਾਸਾ ਮਖੌਲ ਵਾਲੀਆਂ ਪੰਜਾਬੀ ਉਹੀ ਸਾਡੇ ਲੋਕ ਉਹੀ ਜ਼ਿਆਦਾ ਦੇਖਦੇ ਨੇ ਕਿ ਉਹੀ ਸਕਸੈਸਫੁਲ ਹੁੰਦੀਆਂ ਨੇ। ਹਰੇਕ ਪ੍ਰੋਡਿਊਸਰ ਇਨਵੈਸਟਰ ਸੋਚਦਾ ਯਾਰ ਉੱਦਾਂ ਦੀ ਫਿਲਮ ਬਣਾਓ ਜੇ ਬਣਾਉਣੀ ਤਾਂ, ਅਤੇ ਪਰ ਉਹ ਵੀ ਸਾਰੀਆਂ ਨਹੀਂ ਚੱਲਦੀਆਂ, ਵਿੱਚੋਂ ਕਈ ਨਹੀਂ ਵੀ ਚੱਲਦੀਆਂ, ਪਰ ਹਰ ਹਰੇਕ ਦੀ ਸੋਚਦੇ ਕਿ ਉਹ ਉਹ ਸੇਫ ਹੀ ਇਨਵੈਸਟਮੈਂਟ ਆ, ਕੁਛ ਨਾ ਕੁਛ ਥੋੜ੍ਹਾ ਬਹੁਤ ਚੱਲਣੀ ਆ। ਤੁਸੀਂ ਪੰਜਾਬੀ ਫਿਲਮਾਂ ਦੇਖਦੇ ਹੋ, ਸਿਨੇਮਾ ਦੇਖਦੇ ਹੋ, ਫੋਲੋ ਕਰਦੇ ਹੋ? ਹਾਂ ਮੈਂ ਦੇਖਦਾ। ਲਾਸਟ ਕੋਈ ਫਿਲਮ ਪੰਜਾਬੀ ਯਾਦ ਹੋਵੇ ਜੋ ਤੁਹਾਨੂੰ ਚੰਗੀ ਲੱਗੀ ਹੋਵੇ? ਨਹੀਂ ਹਾਲੇ ਕੋਈ ਯਾਰ, ਮੈਂ ਮਸਤਾਨੇ ਦੇਖੀ ਫਿਲਮ, ਮਸਤਾਨੇ ਲਾਸਟ ਫਿਲਮ ਉਹ ਦੇਖੀ। ਉਹ ਜਿੱਥੇ ਮੈਂ ਰਹਿੰਦਾ ਸਾਡੇ ਲਾਗੇ ਲੱਗਦੀਆਂ ਨਹੀਂ ਫਿਲਮਾਂ, ਉੱਥੇ ਵੈਸੇ ਪੰਜਾਬੀ ਥੋੜ੍ਹਾ ਦੂਰ ਜਾਣਾ ਪੈਂਦਾ। ਓਕੇ, ਤੋ ਹੁਣ ਤੁਸੀਂ ਜਿੱਦਾਂ ਲਾਸਟ ਫਿਲਮ ਬਣਾਈ ਸੀ ਬਲੈਕ ਪ੍ਰਿੰਸ, ਉਹ ਅਸੀਂ ਕਹਿ ਸਕਦੇ ਕਿ ਹੁਣ ਐਪਲ ਸਟੋਰ 'ਤੇ ਹੈਗੀ, ਮਤਲਬ ਉਹ ਨੈਟਫਲਿਕਸ 'ਤੇ ਸੀ ਪਹਿਲਾਂ ਫਿਲਮ, ਔਰ ਹਾਲੀਵੁੱਡ ਲੈਵਲ 'ਤੇ ਉਹ ਰਿਲੀਜ਼ ਕੀਤੀ ਗਈ, ਉਹਨਾਂ ਦੀ ਟੀਮ ਨਾਲ, ਉਹ ਟੈਕਨੀਸ਼ੀਅਨਸ ਨਾਲ, ਉਹ ਕਾਸਟ ਕਰਿਊ ਨਾਲ ਕੰਮ ਕਰਨਾ, ਅਤੇ ਹੁਣ ਜਿਹੜੇ ਜਿਨ੍ਹਾਂ ਨਾਲ ਤੁਸੀਂ ਕੰਮ ਕੀਤਾ, ਇਹ ਤੁਹਾਡੀ ਟੀਮ ਚੇਂਜ ਸੀ ਜਾਂ ਟੀਮ ਹੋਰ ਸੀ, ਔਰ ਕੀ ਡਿਫਰੈਂਸ ਰਿਹਾ? ਨਹੀਂ, ਕਾਫੀ ਹੱਦ ਤੱਕ ਉਹ ਸੇਮ ਟੀਮ ਸੀਗੀ, ਮਤਲਬ ਡੀਓਪੀ, ਇਹ ਫਿਰ ਦੋ ਡੀਓਪੀ ਇਸ ਫਿਲਮ ਦੇਖਦੇ ਜੀ, ਇੰਦਰਜੀਤ ਬਾਂਸਲ ਜੀ ਇੱਥੋਂ ਬੰਬੇ ਤੋਂ, ਇੰਡੀਆ ਦਾ ਪੋਰਸ਼ਨ ਉਹਨਾਂ ਨੇ ਸ਼ੂਟ ਕੀਤਾ, ਬਾਹਰ ਦਾ ਪੋਰਸ਼ਨ ਉਹ ਸੇਮ ਡੀਓਪੀ ਜਿਹਨੇ ਇੱਕ ਬਲੈਕ ਪ੍ਰਿੰਸ ਉਹਨੇ ਸ਼ੂਟ ਕੀਤੀ। ਓਕੇ, ਇਹ ਦੋਨੇ ਮੇਰੇ ਫੇਵਰੇਟ ਡੀਓਪੀ, ਮੈਂ ਦੋਨਾਂ ਇੰਦਰਜੀਤ ਬਾਂਸਲ ਮੈਂ ਦੋ ਫਿਲਮਾਂ ਕਰ ਚੁੱਕਾ, ਬਹੁਤ ਸੋਹਣਾ ਕੰਮ, ਉਹਨਾਂ ਉਹ ਸਮਝਦੇ ਨੇ ਮੈਂ ਮੇਰਾ ਸਟਾਈਲ ਨੂੰ, ਮੇਰੇ ਕੰਮ ਨੂੰ, ਅਤੇ ਬਾਕੀ ਉਹ ਐਰਨ ਸਮਿਥ ਡੀਓਪੀ, ਯੰਗ ਮੁੰਡਾ ਹੈ ਪਰ ਬੜਾ ਸਮਝਦਾਰ ਹੈ, ਹੋਰ ਬਾਕੀ ਟੀਮ ਵੀ ਉਹ ਜਿਹੜੇ ਆਪਣੇ ਕੋਸਟਿਊਮ ਅਸਿਸਟੈਂਟ ਡਾਇਰੈਕਟਰ ਸਾਰੇ ਸੇਮ ਹੁੰਦੇ ਨੇ ਮੇਰੇ ਜਨਮ ਉਮਰ ਦੇ ਕੰਮ ਕਰਦੇ। ਓਕੇ, ਤੋ ਫਿਲਮ ਦੇ ਸੈੱਟ ਦੇ ਦੌਰਾਨ ਦਾ ਕੋਈ ਕਿੱਸਾ, ਕੋਈ ਗੱਲ, ਕੋਈ ਇੱਦਾਂ ਦੀ ਤੁਸੀਂ ਕੁਛ ਸੁਣਾਉਣਾ ਚਾਹੁੰਦੇ ਹੋਗੇ ਜਿਹਨੂੰ ਸ਼ੂਟ ਕਰਦਿਆਂ ਕਰਦਿਆਂ ਇੱਕ ਵਾਰੀ ਤੁਹਾਨੂੰ ਵੀ ਲੱਗਾ ਕਿ ਇਹ ਸੀਨ 'ਤੇ ਤਾਂ ਮੈਨੂੰ ਡੈਫੀਨੇਟਲੀ ਪਤਾ ਕਿ ਆਡੀਅੰਸ ਜ਼ਰੂਰ ਕਨੈਕਟ ਕਰੇਗੀ, ਜਾਂ ਕੋਈ ਐਸਾ ਕਿੱਸਾ ਕਰਤਾਰ ਸਿੰਘ ਸਰਾਭਾ ਉਹਨਾਂ ਦੀ ਜ਼ਿੰਦਗੀ 'ਚੋਂ ਕਿ ਜਦੋਂ ਤੁਸੀਂ ਉਹਨਾਂ ਨੂੰ ਹੁਣ ਰਿਸਰਚ ਕਰਦੇ ਪਏ ਸੀ ਦੁਬਾਰਾ ਫਿਲਮ ਬਣਾਉਣ ਵਾਸਤੇ, ਤੁਹਾਨੂੰ ਕੋਈ ਐਸੀ ਗੱਲ ਪਤਾ ਲੱਗੀ ਹੋਵੇ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਕੋਈ ਐਸੀ ਗੱਲ ਜਿਹਦੇ ਬਾਰੇ ਤੁਸੀਂ ਸਾਂਝਾ ਕਰਨਾ? ਇਹ 'ਚ ਹੈ ਕੁਛ ਚੀਜ਼ਾਂ ਫਿਲਮ ਦੇ ਵਿੱਚ ਜਿਹੜੀਆਂ ਕਿ ਸ਼ਾਇਦ ਤੁਹਾਨੂੰ ਕਿਤਾਬਾਂ 'ਚ ਨਹੀਂ ਮਿਲਣਗੀਆਂ, ਮੈਂ ਸੁਣੀਆਂ ਹੋਈਆਂ ਨੇ ਉਹ, ਕੁਛ ਮੇਰੀ ਇਮੈਜੀਨੇਸ਼ਨ ਵੀ, ਅਗਰ ਤੁਸੀਂ ਕੁਛ ਪਤਾ ਹੁੰਦਾ ਤੁਹਾਨੂੰ ਇੱਕ ਕੈਰੇਕਟਰ ਦੇ ਬਾਰੇ, ਇੱਕ ਸਟੋਰੀ ਦੇ ਬਾਰੇ, ਪਰ ਤੁਸੀਂ ਸੀਨ ਕਿਸੇ ਹੋਰ ਤਰੀਕੇ ਨਾਲ ਦਿਖਾਉਣਾ ਚਾਹੁੰਦੇ ਹੋ, ਤੁਸੀਂ ਸੋਚਦੇ ਵਿੱਚ ਜੇ ਮੈਂ ਇਸ ਸੀਨ ਨੂੰ ਇਸ ਤਰ੍ਹਾਂ ਦਿਖਾ ਦਿਆਂ ਸਹੀ ਹੋਏਗਾ, ਹਿਸਟੋਰੀਕਲੀ ਸਹੀ ਰਹੇਗਾ, ਪਰ ਮੇਰਾ ਤਰੀਕਾ ਦਿਖਾਉਣ ਦਾ ਕੁਛ ਹੋਰ, ਕਿਉਂਕਿ ਜਦੋਂ ਸਟੋਰੀ ਤੁਸੀਂ ਲਿਖਦੇ ਆ ਉਹਦਾ ਤੁਹਾਨੂੰ ਫਲੋ ਵੀ ਦੇਖਣਾ ਪੈਂਦਾ ਹੈ, ਵੀ ਕਿਸ ਤਰ੍ਹਾਂ ਸਟੋਰੀ ਫਲੋ ਕਰਦੀ ਹੈ, ਕਿਸ ਤਰ੍ਹਾਂ ਇੱਕ ਸੀਨ ਦੂਜੀ ਨੂੰ ਕਿੱਦਾਂ ਫੋਲੋ ਕਰਦਾ ਹੈ, ਅਤੇ ਨਵੀਆਂ ਚੀਜ਼ਾਂ ਹਾਂ ਮੈਂ ਹਾਲੇ ਵੀ ਪੜ੍ਹਦਾ ਰਹਿੰਦਾ, ਕਈ ਵਾਰੀ ਦੇਖਦਾ ਅੱਛਾ ਯਾਰ ਆਹ ਚੀਜ਼ ਪਾਈ ਹੁੰਦੀ ਫਿਲਮ 'ਚ, ਇਹ ਵੀ ਅੱਛਾ ਹੋਣਾ ਸੀ, ਪਰ ਫਿਲਮ ਦਾ ਕੁਛ ਲਿਮਿਟੇਸ਼ਨਸ ਹੁੰਦੀਆਂ ਨੇ, ਹਾਂਜੀ, ਤਾਂ ਉਹ ਸਟੋਰੀ ਇੱਕ ਢੰਗ ਨਾਲ ਤੁਹਾਨੂੰ ਦਿਖਾਉਣੀ ਪੈਂਦੀ ਹੈ ਸਟੋਰੀ, ਤੁਸੀਂ ਇਹ ਨਹੀਂ ਕਿ ਇੱਥੋਂ ਚੱਕ ਕੇ ਕਿਤੇ ਹੋਰ ਲੈ ਜਾਓ, ਅਤੇ ਉਹ ਫਿਰ ਕਈ ਵਾਰੀ ਸੋਚਿਆ ਚਲੋ ਸ਼ਾਇਦ ਕਿਸੇ ਦਿਨ ਵੈਬ ਸੀਰੀਜ਼ ਬਣਾਵਾਂਗੇ ਚ ਹੋਰ ਕੁਛ ਪਾ ਦੇਵਾਂਗੇ, ਹੋਰ ਜ਼ਿਆਦਾ ਦਿਖਾ ਦੇਵਾਂਗੇ, ਲਿਮਿਟੇਸ਼ਨ ਹੁੰਦੀਆਂ, ਲਿਮਿਟੇਸ਼ਨ ਦੇ ਹਿਸਾਬ ਨਾਲ ਫਿਲਮ ਬਣਾਈ। ਤਾਂ ਜਾਂਦੇ ਜਾਂਦੇ ਕੀ ਉਮੀਦਾਂ ਰੱਖਦੇ ਪਏ ਹੋ ਤੁਸੀਂ ਇਸ ਫਿਲਮ ਤੋਂ, ਆਡੀਅੰਸ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਸੀਂ ਕਹਿ ਸਕਦੇ ਹੋ? ਉਮੀਦ ਤਾਂ ਇਹ ਹੈ ਕਿ ਸਿਨੇਮੇ ਘਰਾਂ ਨੂੰ ਭਰ ਦਿਓ 3 ਨਵੰਬਰ ਨੂੰ, ਜਿੱਥੇ ਕਿਤੇ ਵੀ ਉਹ ਦੇਖ ਰਹੇ ਹੋ, ਬਾਹਰ ਦੇ ਮੁਲਕਾਂ 'ਚ ਦੇਖ ਰਹੇ ਹੋ, ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ ਨਾਲ ਲੈ ਕੇ ਜਾਓ, ਆਪਣੇ ਅਗਰ ਬਜ਼ੁਰਗ ਦੇ ਫੈਮਿਲੀ 'ਚ ਉਹਨੂੰ ਨਾਲ ਲੈ ਕੇ ਜਾਓ, ਉਹਨਾਂ ਨੂੰ ਉਹ ਥੋੜ੍ਹਾ ਜਿਹਾ ਹੋ ਸਕਦਾ ਉਹਨਾਂ ਨੂੰ ਜ਼ਿਆਦਾ ਮਹਿਸੂਸ ਹੋਏਗਾ ਉਸ ਹਿਸਟਰੀ ਦੇ, ਕਿਉਂ ਏਜ ਵਾਈਜ਼ ਥੋੜ੍ਹੇ ਲਾਗੇ ਹੋਣਗੇ ਉਸ ਹਿਸਟਰੀ ਦੇ, ਬਾਹਰ ਦੇ ਮੁਲਕਾਂ 'ਚ ਆਪਣੇ ਜਿਹੜੇ ਤੁਹਾਡੇ ਕੋਈ ਗੁਆਂਢੀ ਨੇ, ਤੁਹਾਡੇ ਨੇਬਰਸ ਨੇ, ਗੋਰੇ ਨੇ, ਨਾਨ ਇੰਡੀਅਨ ਨੇ, ਨਾਨ ਪੰਜਾਬੀ ਨੇ, ਉਹਨਾਂ ਨੂੰ ਲੈ ਕੇ ਜਾਓ, ਤੁਹਾਡੀ ਇਤਿਹਾਸ ਦਾ, ਤੁਹਾਡੀ ਹਿਸਟਰੀ ਦਾ ਇੱਕ ਬਹੁਤ ਉੱਘਾ ਹਿੱਸਾ ਹੈ, ਐਡਾ ਬੜਾ ਸ਼ਹੀਦ ਹੋਇਆ ਕਰਤਾਰ ਸਿੰਘ ਸਲਾਬਾ, ਉਹਦੀ ਕਹਾਣੀ ਹੈ, ਅਤੇ ਉਹਨਾਂ ਨੂੰ ਦਿਖਾਓ ਕਿ ਸਾਡੇ ਇਤਿਹਾਸ 'ਚ, ਸਾਡੀ ਹਿਸਟਰੀ 'ਚ ਕਿੱਦਾਂ ਦੇ ਹੋਏ ਨੇ, ਅਤੇ ਤੁਸੀਂ ਵੀ ਖੁਸ਼ ਹੋਵੋਗੇ, ਤਾਂ ਵੀ ਤੁਹਾਤੋਂ ਉਹ ਵੀ ਬੜੇ ਪ੍ਰਾਊਡ ਹੋਣਗੇ ਕਿ ਸਾਡੇ ਗੁਆਂਢੀ ਇੱਦਾਂ ਦੇ ਨੇ, ਇਸ ਹਿਸਟਰੀ ਤੋਂ ਆਏ ਨੇ, ਇਸ ਮੁਲਕ ਤੋਂ ਆਏ ਨੇ, ਕਿ ਜਿੱਥੇ ਇੱਦਾਂ ਦੇ ਵਾਰੀਅਰਸ ਹੋਏ ਨੇ ਸਾਡੀ ਹਿਸਟਰੀ। ਗੱਲ ਕਰਕੇ ਸਰ ਬਹੁਤ ਚੰਗਾ ਲੱਗਾ, ਥੈਂਕ ਯੂ ਸੋ ਮੱਚ, ਧੰਨਵਾਦ। ਉਮੀਦ ਕਰਦੇ ਹਾਂ ਕਿ ਫਿਲਮ ਬਹੁਤ ਵਧੀਆ ਜਾਵੇ, ਤੁਸੀਂ ਇੱਦਾਂ ਹੀ ਫਿਲਮਸ ਬਣਾਉਂਦੇ ਰਹੋ। ਥੈਂਕ ਯੂ ਸੋ ਮੱਚ ਸਰ। ਥੈਂਕ ਯੂ।